ਉਧਰ ਮੁਕਤਸਰ ਵਿੱਚ ਕੇਜਰੀਵਾਲ ਦੇ ਵਾਪਸ ਦਿੱਲੀ ਜਾਓ ਦੇ ਨਾਰੇ ਅਕਾਲੀ ਵਰਕਰਾਂ ਨੇ ਲਗਾਏ ਅਤੇ ਕਾਲੇ ਝੰਡੇ ਦਿਖਾਏ ਤੇ ਕਿਹਾ ਕਿ ਅਕਾਲੀ ਸਰਕਾਰ ਹੀ ਜਨਤਾ ਦੀ ਹਮਾਇਤ ਹੈ। ਉਹਨਾਂ ਕੇਜਰੀਵਾਲ ਨੂੰ ਕਾਲੇ ਝੰਡੇ ਦਿਖਾਏ ਜਿਸ ਤੇ ਅਰਵਿੰਦ ਕੇਜਰੀਵਾਲ ਨੇ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਸੁਖਬੀਰ ਬਾਦਲ ਦੇ ਪੇਡ ਵਰਕਰ ਦੱਸਿਆ ਤੇ ਕਿਹਾ ਕਿ ਉਹਨਾਂ ਦੇ ਆਉਣ ਦੇ ਨਾਲ ਅਕਾਲੀ ਸਰਕਾਰ ਦੀ ਕੁਰਸੀ ਹਿੱਲ ਗਈ ਹੈ। ਦੱਸ ਦਈਏ ਕਿ ਕੇਜਰੀਵਾਲ ਦੇ ਮੁਕਤਸਰ ਪਹੁੰਚਣ ਤੋਂ ਪਹਿਲਾਂ ਅੱਜ ਕੁਝ ਲੋਕਾਂ ਨੂੰ ਪੰਜਾਬ ਸਰਕਾਰ ਨੇ ਚੈੱਕ ਦੇਣ ਦੇ ਲਈ ਵੀ ਬੁਲਾਇਆ ਸੀ, ਜਿਸ ਤੇ ਕਈਆਂ ਨੇ ਕੇਜਰੀਵਾਲ ਸਰਕਾਰ ਦੇ ਉੱਤੇ ਭਰੋਸਾ ਕਰਨ ਦਾ ਮਨ ਬਣਾਇਆ, ਪਰ ਕਈਆਂ ਨੂੰ ਪੰਜਾਬ ਸਰਕਾਰ ਨੇ ਆਪਣੇ ਹੱਕ ਦੇ ਵਿੱਚ ਭੁਗਤਾ ਲਿਆ। ਦਿੱਲੀ ਮੇ ਤੋ ਉਸਕੋ ਚਲਾਈ ਨਹੀਂ ਜਾ ਰਹੀ ਸਰਕਾਰ, ਯਹਾਂ ਪੇ ਆਣ ਕੇ ਵੋ ਸਰਕਾਰ ਬਣਾਨੇ ਕੀ ਸੋਚ ਰਹੇ ਹੈ। ਜੋ ਇਧਰ ਹਮਾਰੇ ਕੋ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਹੇ ਹੈ, ਉਹ ਨਾ ਤੋ ਕੋਈ ਦੇ ਸਕਤਾ ਹੈ ਨਾ ਹੀ ਦੇਗੇ। ਯੇ ਕਾਮ 1984 ਮੇ ਹੁਆ ਥਾ, ਆਜ ਕੇਜਰੀਵਾਲ ਜੀ ਵੋ ਹੀ ਦੁਬਾਰਾ ਰੂਪ ਧਾਰ ਕੇ ਆ ਰਹੇ ਹੈ। ਹਮ ਤੋ ਯਹੀ ਚਾਹਤੇ ਹੈ, ਜੋ ਇਧਰ ਹੋਣਾ ਚਾਹੀਏ, ਜੋ ਹਮ ਲੋਕੋ ਕੀ ਖਵਾਇਸ਼ ਹੈ ਵੋ ਪੂਰੀ ਹੋਣੀ ਚਾਹੀਏ। ਆਪਦੀ ਮਰਜ਼ੀ ਸੇ ਗਏ ਆ, ਉਹ ਕੇਜਰੀਵਾਲ ਸੇ ਮਿਲਣਾ ਨਹੀਂ ਚਾਹੁੰਦੇ। ਜੋ ਬਾਦਲ ਸਰਕਾਰ ਨੇ ਉਹਨਾਂ ਨੂੰ ਫੰਡ ਭੇਜਿਆ, ਉਹਨਾਂ ਨੂੰ ਮਿਲ ਗਿਆ, ਜੋ ਮਾਜਵਾ ਉਹਨਾਂ ਨੂੰ ਦੇ ਚੁੱਕੀ ਹੈ ਸਰਕਾਰ। ਅੱਜ ਕੇ ਦਿਨ ਕਿਉਂ ਮਿਲਾ? ਅੱਜ ਕੇ ਦਿਨ ਥੋੜਾ ਪਹਿਲਾਂ ਮਿਲਿਆ। ਕਿਉਂਕਿ ਕੁਛ ਨਾ ਕੁਛ ਇਤਨਾ ਕੁਛ ਦੇ ਕਿ ਇਨਕੋ ਆਪਣਾ ਮਾਂ ਬਾਪ ਕੀ ਕਮੀ ਮਹਿਸੂਸ ਹੋਣੇ ਬੰਦ ਹੋ ਜਾਏ, ਤੋ ਹਮ ਇਨਕੇ ਸਾਥ ਚਲੇ ਜਾਏਂਗੇ। ਪਰ ਅਕੇਲੇ ਲਾਰੋਂ ਕੇ ਸਾਥ ਬੱਚੋਂ ਕੋ ਧੋਖੇ ਸੇ ਚੈੱਕੋਂ ਵਗੈਰਾ ਕੇ ਲਾਲਚ ਦੇ ਕਰ ਯੇ ਸਭੀ ਕੁਛ ਹੈ, ਇਨਸਾਨੀਅਤ ਕੇ ਖਿਲਾਫ ਹੈ। ਯੇ ਆਪਣੇ ਪੇਡ ਵਰਕਰੋਂ ਕੇ ਜ਼ਰੀਏ, ਸੁਖਬੀਰ ਸਿੰਘ ਬਾਦਲ ਆਪਣੇ ਪੇਡ ਵਰਕਰੋਂ ਕੇ ਜ਼ਰੀਏ ਯੇ ਕਾਲੇ ਝੰਡੇ ਦਿਖਾ ਰਹਾ ਹੈ। ਇਸਸੇ ਹਮ ਲੋਗ ਡਰਨੇ ਵਾਲੇ ਨਹੀਂ ਹੈ। ਔਰ ਅਭੀ ਜੋ ਕਾਲੇ ਝੰਡੇ ਦਿਖਾ ਰਹੇ ਥੇ, ਉਨਮੇ ਸੇ ਇੱਕ ਲੜਕਾ ਆਇਆ ਮੇਰੇ ਪਾਸ, ਮੇਰੀ ਗਾੜੀ ਪੀਛੇ ਖੜੀ ਥੀ, ਆਗੇ ਕਹਤਾ ਹੈ ਜੀ ਉਹਨੇ ਪੈਸੇ ਦੀਏ ਹਮਕੋ, ਆਪ ਚਿੰਤਾ ਮਤ ਕਰੋ, ਵੋਟ ਤੋ ਆਪਕੋ ਹੀ ਦੇਂਗੇ। ਤੋ ਇਨਕੋ ਕਾਲੇ ਝੰਡੇ ਦਿਖਾਨੇ ਵਾਲੇ ਜੋ ਹੈ ਵੋ ਵੀ ਇਨਕੋ ਵੋਟ ਨਹੀਂ ਦੇਨੇ ਵਾਲੇ। ਅਬ ਇਨਕੀ ਸੱਤਾ ਹਿਲ ਗਈ ਹੈ, ਅਭੀ ਡੇਢ ਦਿਨ ਹੁਆ ਅਭੀ ਯਾਤਰਾ ਕਾ, ਔਰ ਬਾਦਲੋਂ ਕੀ ਕੁਰਸੀ ਹਿਲ ਰਹੀ ਹੈ ਬਹੁਤ ਬੁਰੀ ਤਰ੍ਹਾਂ ਸੇ।